Alright, so we're starting day three. Just leaving from Williams Lake. We're at the Western Sing Saba Gordwara, and we're heading to Quesnel next, as you can see. Yo, the full day in Williams Lake, BC today. Hopefully the day goes on like this after. So we're outside the Western Sing Saba, just ready to go. There's everybody ready to go into the RV. And yeah, it's pretty nice scenery outside this Gordwara. So we're ready to go. Your destination is on the right. There we are. We have the other Gurdwara, the Gurdwara Sahib, the second one in Quesnel. And we have the one right behind us, Nishansa up there, Nishansa up top. So this one always gives me a, you know, it gives you a different kind of a bit of a surprise right on the same block. The only one in BC I've seen, so but we'll check this one out as well. Let's go. Before always coming to Quesnel, I've always tried to get into the Gurdwara here. So the Gurdwara Sahib Gurdwara Bar, I've tried a couple of times, never had the chance, but now I finally do. And I know you guys have been waiting for it as well, so I'll go and check it out. We have the Sangha coming right now. So I'm pretty excited myself, and you should be too. ਸਾਰਿਆਂ ਨੂੰ ਆਪੋ ਆਪੋ ਦੇ ਸਾਂਝ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦਾ ਸਤਿਗੁਰੂ ਜੀ ਸਿੱਧੇ ਇੱਥੇ ਆਏ ਸੀਗੇ ਨਹੀਂ ਵੈਨਕੂਵਰ ਵੈਨਕੂਵਰ ਆਏ ਸੀਗੇ ਇਸ ਤੋਂ ਦੀ ਕਦੋਂ ਆਏ ਸੀ ਸਤਿਗੁਰੂ ਜੀ ਆਏ ਸੀ ਥੋੜਾ ਚਿਰ ਵੈਨਕੂਵਰ ਰਹਿ ਕੇ ਉਸ ਤੋਂ ਬਾਅਦ ਹਾਂ ਤੁਸੀਂ ਕਦੋਂ ਆਏ ਸੀ 74 74 ਸਿੱਧਾ ਇੱਥੇ ਆਏ ਸੀ ਜਾਂ ਇੱਥੇ ਸਿੱਧਾ ਆਏ ਸੀ ਜਾਂ ਸਿੱਧਾ ਇੱਕ ਦਿਨ ਰਹੇ ਸੀ ਉੱਥੇ ਵੈਨਕੂਵਰ ਅੱਛਾ ਬਾਕੀ ਵੇਦਰ ਆ ਹਾਂ ਤੁਸੀਂ ਫਿਰ ਜਦ ਉਹਨਾਂ ਦੇ ਬੱਚੇ ਜਵਾਨ ਹੋ ਗਏ ਉਹਨਾਂ ਨੂੰ ਉਧਰ ਜੋਬਾਂ ਮਿਲ ਗਈਆਂ 1970 ਤੋਂ ਸਾਬ ਕਰੋ ਫਿਰ ਇਹਨਾਂ ਦੀ ਰਿਟਾਇਰਮੈਂਟ ਹੋਣ ਲੱਗੀ ਜਦੋਂ ਜਦੋਂ ਰਿਟਾਇਰ ਹੋਏ ਤੇ ਉਧਰਲੇ ਸ਼ਹਿਰਾਂ ਨੂੰ ਜਾਣ ਲੱਗੇ ਕਿਉਂਕਿ ਉਹਨਾਂ ਦੇ ਬੱਚੇ ਉੱਥੇ ਸੈੱਟ ਹੋ ਗਏ ਹਾਂ ਬੱਚੇ ਤਾਂ ਗਏ ਇੱਥੇ ਯੂਨੀਵਰਸਿਟੀ ਹੈ ਇੱਕ ਮੈਂ ਭਰਾ ਦੇਖਾ ਤਾਂ ਕੀ ਬੱਚੇ ਇਹਨਾਂ ਦਾ ਮੁੰਡਾ ਨਹੀਂ ਜੇ ਸੰਜੋਤ ਸਿੰਘ ਇਹ ਸਮੇਂ ਕਿ ਕਿਹੜੀ ਜਗ੍ਹਾ ਦਾ ਇਹ ਬਾਂਟੀ ਮੋੜ ਬਾਂਟੀ ਮੋੜ ਅੱਛਾ ਇਹ ਨਾ ਨੈਸਾਂ ਦੇ ਵਿੱਚ ਤਕੜੀ ਜੋਬ ਹੈ ਹੁਣ ਸਰ ਜੀ ਆਈ ਜੀ ਆਪਣੇ ਲਿਵਰ ਟ੍ਰਾਂਸਪਲੈਂਟ ਦਾ ਸਪੈਸ਼ਲਿਸਟ ਆ ਅੱਛਾ ਜਿਹੜਾ ਦੂਜਾ ਮੇਰਾ ਮੁੰਡਾ ਉਹ ਇੰਟਰਨਲ ਦਾ ਕਿ ਫਿਰ ਬੋਲਿਓ ਇੰਟਰਨਲ ਦਾ ਇੰਟਰਨਲ ਅੱਛਾ ਇੰਟਰਨਲ ਦਾ ਜਿਹੜਾ ਤੀਜਾ ਰੇਡੀਓਲੋਜੀ ਦਾ ਜਿਹੜਾ ਡਾਕਟਰ ਨਾਲ ਜਾ ਰਹੀ ਉਹ ਕਿਹਨਾਂ ਸੇ ਉਹਦੀ ਪੋਸਟਿੰਗ ਹੋਈ ਸੀ ਸੱਚੀ ਹਾਂ ਜੀ ਕੋਈ ਪੋਸਟ ਜਾਂ ਆਪਣਾ ਹੋਰ ਕੋਈ ਇੱਥੇ ਮਾਤਾ ਦੀ ਕਿਰਪਾ ਕਰਕੇ ਜਿਹੜੇ ਮਾਰੇ ਬੰਦੇ ਸੀ ਪਹਿਲਾਂ ਉਹਨਾਂ ਦੁਖਤੀ ਪਾਈ ਉਹਨਾਂ ਨੇ ਸਾਡੇ ਲਈ ਮੂਰੇ ਖੜੇ ਹੋ ਗਏ ਲਗਾ ਕੇ ਹੁਣ ਉਹਨਾਂ ਸਾਡੇ ਮੂਰੇ ਕਰਨ ਜਿੰਦਾ ਤੂੰ ਕੌਣ ਇਹਨਾਂ ਹੁੰਦੇ ਕੁਛ ਕਹਿੰਦਾ ਚਾਹੇ ਉਹ ਦੱਸੋ ਤੁਸੀਂ ਦੂਜੀ ਕਮਿਊਨਿਟੀ ਚ ਮਿਕਸ ਅਪ ਹੋਣ ਲਈ ਉਹਨਾਂ ਨੂੰ ਆਪਣਾ ਨਾਲ ਕੋਈ ਤੁਮ ਕੀਤਾ ਸ਼ੁਰੂ ਵਿੱਚ ਕੋਈ ਆਪਣੇ ਕਮਿਊਨਿਟੀ ਵੱਲੋਂ ਸਾਡੇ ਮੈਂ ਆਪ ਦੀ ਗੱਲ ਕਰ ਰਿਹਾ ਸਾਡੇ ਪਰਿਵਾਰ ਦੀ ਹਾਂ ਸਾਡਾ ਅੱਜ ਵੀ ਇੱਥੇ ਤਾਂ ਜਿਹੜੀ ਲੋਇਲਟੀ ਹੈ ਗੋਰਿਆਂ ਦੀ ਇੰਨੀ ਲੋਇਲਟੀ ਇੱਥੇ ਤਾਂ ਹੀ ਬਤੇ ਇੱਥੇ ਤਾਂ ਹੀ ਭੇਜਿਆ ਸੀਗਾ ਸਭ ਤੋਂ ਸੇਫ ਸਿਟੀ ਇਹ ਲੱਗੀ ਉਹਨਾਂ ਨੂੰ ਬੀਸੀ ਦੇ ਤਾਈ ਨੂੰ ਇੱਥੇ ਭੇਜਿਆ ਕਿਸੇ ਦਿਨ ਜੇ ਤੁਸੀਂ ਸ਼ਾਹੀ ਚਲੇ ਜਾਓ ਉਹ ਸਭ ਤੋਂ ਮਾੜੀ ਸੀਗੀ ਜੇ ਮੈਂ ਕਿਹਾ ਅੱਜ ਦੇ ਬਾਅਦ ਹੁਣ ਇਹਨੂੰ ਵੀ 12 ਸਾਲ ਬੀਤੇ ਗਏ ਸਾਡੇ ਬਈ ਨੇ ਜਿੰਨੀ ਸਾਨੂੰ ਲੋਲਟੀ ਸਾਨੂੰ ਗੋਰਿਆਂ ਦਿੱਤੀ ਹੈ ਬਹੁਤ ਕੁਝ ਹੋਇਆ ਤੇ ਜਿੰਨੀ ਬਹੁਤ ਲੋਲਟੀ ਸੀ ਅੱਜ ਵੀ ਲੋਲਟੀ ਸੀਗੇ ਬਾਕੀ ਪੁੱਤ ਸਾਰੇ ਫੋਟੋ ਸਾਰੀ ਕਹੀ ਜਾਂਦੇ ਲੋਲਟੀ ਹੈਗੀ ਪਰ ਜਿੰਨੀ ਲੋਲਟੀ ਗੋਰਿਆਂ ਦੀ ਸਾਡੇ ਨਾਲ ਸੀ ਸਾਡੇ ਆਪਦੇ ਬਈ ਨੇ ਦੇ ਵਿੱਚ ਮੈਂ ਕਿਤੇ ਵੀ ਦੇਖੀ ਛੋਟਾ ਤਾਂ ਸੀਗਾ ਕਿ ਕਮਿਊਨਿਟੀ ਚ ਜਿੱਦਾਂ ਗੋਰਿਆਂ ਦੇ ਸਾਡੇ ਸਾਡਾ ਦੂਜੀ ਕਮਿਊਨਿਟੀ ਨਾਲ ਵੀ ਬਹੁਤ ਪਿਆਰ ਆ
ਹੁਣ ਉਹ ਸਾਨੂੰ ਸਾਡੇ ਨਾਲ ਕੋਈ ਹੁਣ ਇੱਥੇ ਡਿਸਕ੍ਰਿਮੀਨੇਸ਼ਨ ਨਾ ਦੱਸਾਂ ਕੀ ਇਹਦੀ ਲੜਾਈ ਹੋਈ ਹੋਊਗੀ ਵੀ ਤਾਂ ਇਹ ਵੀ ਤੁਰੇ ਜਾਂਦੇ ਜਾਂਦੇ ਨੂੰ ਬੰਦੇ ਨੂੰ ਘੇਰ ਕੇ ਵੱਤ ਕੁੱਟ ਦੇਣਾ ਆਪਣੇ ਬੰਦਿਆਂ ਨੂੰ ਡਿਸਕ੍ਰਿਮੀਨੇਸ਼ਨ ਜਾਂਦੇ ਨੂੰ ਘੇਰ ਕੇ ਕੁੱਟ ਦੇਣਾ ਜਦੋਂ ਇੱਕ ਨੂੰ ਕੁੱਟਿਆ ਦੋ ਨੂੰ ਕੁੱਟਿਆ ਤਿੰਨਾਂ ਨੂੰ ਕੁੱਟਿਆ ਉਹਦੇ ਸਿੰਗਲ ਬੰਦੇ ਰਹਿੰਦੇ ਸੀ ਉਹਨੇ ਕਹਾ ਵੀ ਇੱਕ ਨਗਰ ਕੁੱਟ ਖਾਓਗੇ ਉੱਥੇ ਮਾਪੋ ਵੀ ਜੱਟਾਂ ਦੇ ਪੁੱਤ ਹਾਂ ਇਹਦੀ ਮੈਂ ਇੱਕ ਵਾਰੀ ਮੇਰਾ ਸ਼ਾਇਦ ਢਿੱਲੋਂ ਸੀ ਨਾਲ ਇਹਨਾਂ ਦੀ ਉਹ ਜਿਹੜਾ ਚਤੋ ਢਿੱਲੋਂ ਉਹ ਮਰ ਗਿਆ ਅਤੇ ਉਹ ਇਹ ਬੰਦੇ ਇਕੱਠੇ ਹੋ ਗਏ ਅਤੇ ਇਹਨਾਂ ਨੂੰ ਕਹਿੰਦੇ ਪਾਲਾਕਾਰ ਸੀ ਉਹ ਪਾਲਾਕਾਰ ਸੀ ਵੀ ਜਿਹੜੇ ਗੋਰੇ ਸੀਗੇ ਜੀ ਉਹ ਕਾਰ ਦੇ ਵਿੱਚ ਨਹੀਂ ਦੇਖ ਲਏ ਤਾਂ ਉਹਨਾਂ ਦੇ ਮਗਰ ਛੁੱਟ ਪਏ ਉਹਨਾਂ ਕੋਲ ਖਾੜੇ ਕੂੜੇ ਵੀ ਸੀਗੇ ਖਾੜੇ ਕੂੜੇ ਵੀ ਸੀਗੇ ਤਾਂ ਜਦੋਂ ਵੀ ਗੋਰੇ ਨੂੰ ਪਤਾ ਲੱਗ ਗਿਆ ਹੁਣ ਸਾਡੀ ਸ਼ਾਮ ਦਾ ਵੀ ਆ ਉਹ ਜਾ ਕੇ ਪੁਲਿਸ ਸਟੇਸ਼ਨ ਚਲ ਗਏ ਮਗਰ ਹੀ ਜਾ ਉਹਦੇ 17 ਬੰਦੇ ਮੈਂ 17 ਦਾ ਮੈਂ ਤਾਂ ਨਹੀਂ ਕਹਿ ਸਕਦਾ 12 ਚੋਂ ਕਿਵੇਂ ਗੱਲ ਦੱਸਦੇ ਆ ਤਾਂ ਮੈਂ ਕਹੀ ਤਾਂ ਕਹਿੰਦੇ ਇੱਥੇ ਵੀ ਕਹਿ ਰਹੇ ਸੀ ਮੈਂ ਜੱਜ ਕਹਿੰਦਾ ਕਾਰ ਦੇ ਵਿੱਚ ਬੈਠ ਕੇ ਦਿਖਾ ਲਓ ਇੰਨੇ ਬੰਦੇ ਤੁਹਾਨੂੰ ਫ੍ਰੀ ਕਰ ਦੂੰਗਾ ਇਹਦੇ ਬਾਰੇ ਤਾਂ ਨਹੀਂ ਮੈਂ ਕੋਈ ਕਹਿ ਸਕਦਾ ਮੈਂ ਤੁਪ ਪਹਿਲਾਂ ਹੋ ਗਿਆ ਪਹਿਲਾਂ ਵੈਸੇ ਪੁਲਿਸ ਸਟੇਸ਼ਨ ਉਹਨਾਂ ਮਗਰੀ ਚੱਲਦੇ ਆ ਪੁਲਿਸ ਨਾਲ ਤਾਂ ਬਾਹਰ ਪੁੱਛਿਆ ਕੀ ਗੱਲ ਬਾਤ ਕਹਿੰਦੇ ਨੱਤੀ ਇਹ ਸਾਡੇ ਨਾਲ ਕੁਛ ਕਰਦੇ ਆ ਉਹਨਾਂ ਦੇ ਬੜੇ ਚਾਰ ਚੂ ਲਾਏ ਵੀ ਬੰਦੇ ਆਪਣੇ ਫ੍ਰੀ ਹੋ ਗਏ ਸੀ ਕਿ ਬੰਦੇ ਦੀ ਹੈਲਪ ਕਰਦੇ ਕਿ ਹੈਲਪ ਕਰਦੇ ਪੈਸੇ ਪੂਰੇ ਦੇ ਕੇ ਕੇਸ ਤੱਕ ਲਿਆ ਸੀ All right, so we're just done at the Gurdwara Darbar Sahib back there. And next stop is the first Gurdwara in Quesnel, the Caribou Sikh Association. Let's go! So there we are. And we have the Shah Sahib right there. Just wanted to give you guys a little bit of a better view. And we're ready to go. ਤੁਸੀਂ ਵੀ ਉਦੋਂ ਇੱਕ ਬਾਕੀ ਮਿਲ ਚ ਕੰਮ ਕੀਤਾ ਮਿਲ ਚ ਕੰਮ ਮਿਲਨੇ ਵਿੱਚ ਕਰਦੇ ਪੁੱਤ ਮੈਂ ਐਜ਼ ਅ ਹੈਵੀ ਡਿਊਟੀ ਮਕੈਨਿਕ ਸਾਰੇ ਮੋਸਟਲੀ ਹੈਵੀ ਡਿਊਟੀ ਮਕੈਨਿਕ ਹੀ ਕੀਤਾ ਆਪਣੇ ਹੋਰ ਬੰਦੇ ਕਰਦੇ ਸੀ ਹੈਵੀ ਮਕੈਨਿਕ ਤੁਸੀਂ ਕੱਲੇ ਸੀ ਬੰਦੇ ਤਾਂ ਤਕਰੀਬਨ ਨਹੀਂ ਜਿਹੜੀ ਤੁਹਾਡੇ ਲਈ ਜਾਬ ਸੀ ਇਹ ਤੁਸੀਂ ਕੱਲੇ ਸੀ ਸਿਰਫ ਦੀ ਕੁਨੈਲ ਦੇ ਵਿੱਚ ਕੱਲਾ ਹੈਵੀ ਡਿਊਟੀ ਮਕੈਨਿਕ ਮੈਂ ਹੀ ਅੱਜ ਤੱਕ ਜਿੱਦਾਂ ਕੀਤੀ ਹੈ ਤੁਸੀਂ ਕੀਤੀ ਆ ਉਦੋਂ ਆਪਣੇ ਹੋਰ ਕੋਈ ਕੋਈ ਨਹੀਂ ਸੀ ਇੱਕ ਪਰਿਵਾਰ ਆਇਆ ਸੀ ਉਹ ਆਪਣੇ ਲੇਕੋਂ ਜਦੋਂ ਆਏ ਸੀ ਤੇ ਜ਼ਿਆਦਾ ਉਹਨਾਂ ਨੇ ਫਿਰ ਇੱਥੇ ਪਰਿਵਾਰ ਜਿਹਦੇ ਦੇ ਕੀ ਸੀ ਸਰਦਾਰ ਜਗੀਰ ਸਿੰਘ ਗਿੱਲ ਜਗੀਰ ਸਿੰਘ ਗਿੱਲ ਇਹ ਉਤੋਂ ਮੂਵ ਹੋਈ ਸੀ ਦੋਨੋਂ ਇਸ ਨੂੰ ਜ਼ਿਆਦਾ ਕੁਝ ਇਹ ਤਕਰੀਬਨ ਮੇਰਾ ਖਿਆਲ 82 ਦੇ 83 ਦੇ ਰਾਉਂਡ ਦੇ ਕਿਉਂਕਿ 1968 ਵਿੱਚ ਮਿਲ ਬੰਦ ਹੋ ਗਿਆ ਉੱਥੇ ਬਸ ਉਹ ਮਿਲ ਬੰਦ ਹੋਣ ਤੋਂ ਬਾਅਦ ਇੱਥੇ ਆਏ ਤੇ ਉਹਨਾਂ ਨੇ ਫੇਰ ਪਰਿਵਾਰ ਇੱਥੇ ਉਹ ਸਰਦਾਰ ਜਾਗਰ ਸਿੰਘ ਹੁੰਦੇ ਸੀ ਤੇ ਸੂਬੇਦਾਰ ਸਾਹਿਬ ਉਹਨਾਂ ਨੂੰ ਕਹਿ ਕੇ ਆਉਂਦੇ ਨੇ ਤੇ ਇਹਨਾਂ ਨੂੰ 3-4 ਦੇ ਬੰਦਿਆਂ ਨੇ ਰਲ ਕੇ ਮੋਸਮ ਹੁੰਦੇ ਬੱਚੇ ਹੈਗੇ ਨੇ ਜੇ ਹੁਣ ਸਾਡੀ ਜਨਰੇਸ਼ਨ ਨਾਲ ਤੇ ਉਹ ਹੁਣ ਬੱਚੇ ਪੜ੍ਹ ਲਿਖੇ ਉਹਨਾਂ ਕੋਲ ਜੋਬਾਂ ਵਗੈਰਾ ਇੱਥੇ ਹੈ ਨਹੀਂ ਸੀ ਉਹ ਹੈਗੇ ਨੇ ਫਿਰ ਇੱਥੇ ਬੱਚੇ ਨੇ ਹੁਣ ਇਹਨਾਂ ਦੇ 3 ਬੇਟੇ ਕਿਉਂਕਿ ਸਾਰੇ ਉੱਧਰ ਹੀ ਚਲੇ ਗਏ ਡੇਟਾ ਆਫ ਮੈਂ ਕੈਲਗਰੀ ਕੰਮ ਕਰਦਾ ਬੇਟੀਆਂ ਤੋਂ ਨੇ ਕੰਟੋਲ ਕਿਉਂਕਿ ਇੱਥੇ ਉਹਨਾਂ ਦਾ ਜਿਹੜਾ ਉਹਨਾਂ ਨੇ ਕੁਆਲੀਫਾਈ ਉਹਨਾਂ ਨੇ ਕੋਈ ਤਾਂ ਜੋਬ ਹੈ ਨਹੀਂ ਤੇ ਸਾਡੇ ਪਰਿਵਾਰ ਵਿੱਚ ਜਿੱਦਾਂ ਇਹ ਕਹਿੰਦੇ ਦੱਸਦੇ ਨੇ ਤੇ ਛੋਟੀ ਬੇਟੀ ਤੋਂ ਦੱਸਿਆ ਵੀ ਉਹ ਆਪਣੇ ਲਾਂਜ ਗੇਟ ਹਸਪੀਟਲ ਐਮਰਜੈਂਸੀ ਨਰਸ ਹੈਗੀ ਤੇ ਉਹ ਜਿਹੜੀ ਉਹ ਤੋਂ ਵੱਡੀ ਹੈਗੀ ਉਹ ਆਪਣੇ ਸਾਈਮਨ ਫਰੈਂਸਿਸ ਯੂਨੀਵਰਸਿਟੀ ਉਹਨਾਂ ਲਈ ਐਜ ਕੀ ਕਮਿਊਨੀਕੇਸ਼ਨ ਡਾਇਰੈਕਟਰ ਦੇ ਤੌਰ ਤੇ ਉਹ ਕੰਮ ਕਰਦੀ ਹੈ ਤੇ ਲੜਕਾ ਸਾਡਾ ਛੋਟਾ ਉਹ ਕੈਲਗਰੀ ਉਹਨੇ ਮਾਸਟਰਸ ਕੀਤੀ ਉਹ ਆਪਣੇ ਕੰਪਿਊਟਰ ਡਾਟਾ ਐਨਾਲਿਟਿਕ ਉਹਨਾਂ ਦੀ ਜੋਬ ਯੂਨੀਵਰਸਿਟੀ ਤੋਂ ਬਾਅਦ ਉੱਥੇ ਲੱਗਦੀ ਆਲ ਰਾਈਟ ਬਾਏ ਬਾਏ ਕੁਨੈਲ ਵੀ ਆਰ ਗੋਇੰਗ ਟੂ ਪ੍ਰਿੰਸ ਜਾਰਜ ਨਾਓ ਗੋਇੰਗ ਰਾਈਟ ਬੈਕ ਇਨ ਟੂ ਆਰ ਵੀ ਐਂਡ ਦ ਟ੍ਰਿਪ ਸਟਿਲ ਗੋਇੰਗ ਵੀ ਗਾਟ ਫਿਊ ਮੋਰ ਡੇਜ਼ ਐਕਚੁਅਲੀ ਕੁਆਇਟ ਅ ਕਪਲ ਫਿਊ ਮੋਰ ਡੇਜ਼ Today we're at the Gurdwara Guru Gobind Sikh Temple, aka Gurdwara. So we're going to be staying here for the night. Tomorrow we'll start the interview and whatnot. And you can see on the Gurdwara they have new gumbs. So that's pretty new. So that wasn't here when I was studying here for university. I actually finished my HR degree over here. Got the Nishan Sahib right down there, up there. And here's the old gumbs. So they had gumbs that kind of look like that one. But now we have newer ones, gold ones. So that looks pretty nice. So let's go inside.
There's outside of the Guru Gobind Singh Sikh temple right there. We have the Nishan Sahib. And so the entrance isn't from the front door in PGE.